ਸਿਟੀ ਬੱਸ ਆਪਰੇਟਰ ਯੂਨੀਅਨ ਵੱਲੋਂ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਵਿਖੇ ਇੱਕ ਤੰਬੂ ਲਗਾ ਕੇ ਤੇ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਅਨਸ਼ਨ ਜਿਹੜਾ ਉਹ ਚਾਲੂ ਰੱਖਿਆ ਹੈ, ਭੁੱਖ ਹੜਤਾਲ ਜਿਹੜੀ ਉਹ ਕੀਤੀ ਜਾ ਰਹੀ ਹੈ ਇੱਥੇ। ਇਹ ਕਿਉਂ ਨਾਰੇ ਲੱਗ ਰਹੇ ਨੇ ਇਹ ਗੱਲ ਕਰਾਂਗੇ ਜੀ ਮਿੰਨੀ ਬੱਸ ਆਪਰੇਟਰ ਯੂਨੀਅਨ ਦੇ ਪ੍ਰਧਾਨ ਜਿਹੜੇ ਨੇ ਬਲਦੇਵ ਸਿੰਘ ਜੀ। ਹਾਂਜੀ ਸਰ, ਕਿਉਂ ਇੱਥੇ ਧਰਨਾ ਲਗਾਇਆ ਜਾ ਰਿਹਾ ਅਤੇ ਪੰਜਾਬ ਸਰਕਾਰ ਦੇ ਜਿਹੜੇ ਨਾਰੇ ਤੁਸੀਂ ਲਗਾ ਰਹੇ ਹੋ, ਮੁਰਦਾਬਾਦ ਦੇ, ਉਹ ਕਿਉਂ ਲਗਾ ਰਹੇ ਹੋ ਜੀ? ਮੇਰਾ ਨਾਮ ਬਲਦੇਵ ਸਿੰਘ ਬੱਬੂ ਹੈ, ਮੈਂ ਮਿੰਨੀ ਬੱਸ ਆਪਰੇਟਰ ਯੂਨੀਅਨ ਦਾ ਜ਼ਿਲ੍ਹੇ ਦਾ ਪ੍ਰਧਾਨ ਹਾਂ। ਅਸੀਂ ਅੱਜ ਜਿਹੜੇ ਕੱਲ੍ਹ ਦੇ 24 2020 ਤੋਂ ਭੁੱਖ ਹੜਤਾਲ 'ਤੇ ਪੰਜ ਬੰਦੇ ਬੈਠੇ ਸੀ, ਅੱਜ 3 ਬੰਦੇ ਬੈਠੇ ਹਾਂ। ਰੋਜ਼ ਦਾ ਫੈਸਲਾ ਕੀਤਾ ਕਿ ਅਸੀਂ 2-2 ਬੰਦੇ ਰੋਜ਼ ਬਵਾਂਗੇ। ਸਾਨੂੰ ਅੱਜ ਭੁੱਖ ਹੜਤਾਲ 'ਤੇ ਬਹਿਣ ਦਾ ਮਜਬੂਰ ਸਰਕਾਰ ਨੇ ਕੀਤਾ। ਸਾਡੇ ਪਰਮਿਟ ਰੀਨਿਊ ਨਹੀਂ ਕਰ ਰਹੀ ਸਰਕਾਰ। ਅਸੀਂ ਇਨਸ਼ੋਰੈਂਸਾਂ ਲੱਖਾਂ ਰੁਪਈਆ ਲਾ ਕੇ ਇਨਸ਼ੋਰੈਂਸਾਂ ਕਰਾ ਰਹੇ ਹਾਂ ਅਤੇ ਜਿੰਨੀ ਦੇਰ ਪਰਮਿਟ ਨਹੀਂ ਸਾਡੇ ਰੀਨਿਊ ਕਰਦੇ, ਸਾਡੀਆਂ ਇਨਸ਼ੋਰੈਂਸਾਂ ਭਲਕੇ ਕੋਰਟ 'ਚ ਕਈਆਂ ਥਾਵਾਂ 'ਤੇ ਸਾਡੇ ਆਪਰੇਟਰਾਂ ਨੂੰ ਸਾਨੂੰ ਕਲੇਮ ਹੀ ਪੈ ਚੁੱਕੇ ਆ। ਬਿਨਾਂ ਸ਼ਰਤੋਂ ਸਾਡੇ ਪਰਮਿਟ ਰੀਨਿਊ ਕੀਤੇ ਜਾਣ, ਪਾਸਿੰਗ ਫੀਸਾਂ 10 ਰੁਪਈਏ ਜੁਰਮਾਨਾ। ਅਜਿਹੀਆਂ ਕਿਹੜੀਆਂ ਇਹੋ ਜਿਹੀਆਂ ਸ਼ਰਤਾਂ ਹੈਗੀਆਂ ਜਿਹਦੇ ਕਾਰਨ ਤੋਂ ਤੁਹਾਨੂੰ ਭੁੱਖ ਹੜਤਾਲ 'ਤੇ ਬਹਿਣਾ ਪਿਆ ਇਸ ਟਾਈਮ? ਸ਼ਰਤਾਂ ਦੇ ਦੋ ਮੈਂ ਦੱਸਦੀਆਂ, ਇੱਕ ਪਰਮਿਟ ਰੀਨਿਊ ਵਾਲੀ, ਇੱਕ ਪਾਸਿੰਗ ਫੀਸ 10 ਰੁਪਈਏ ਸੀ ਉਹਨੂੰ 50 ਰੁਪਈਏ ਕੀਤਾ, ਇੱਕ ਟੈਕਸ ਵਧਾਏ ਨੇ, ਇੱਕ ਬੱਸ ਅੱਡੇ ਤੋਂ ਜਿਹੜੀਆਂ ਸਾਡੀਆਂ ਬੱਸਾਂ ਦੀਆਂ ਪਰਚੀਆਂ ਲੱਗਦੀਆਂ ਨੇ ਇਹ ਬਿਨਾਂ ਵਜ੍ਹਾ ਤੋਂ ਸਾਨੂੰ ਲਾ ਰਹੇ, ਕਿਉਂਕਿ ਅਸੀਂ ਤਾਂ ਅੱਗੇ ਟੈਕਸ ਸਰਕਾਰ ਨੂੰ ਦੇ ਰਹੇ ਹਾਂ ਅਤੇ ਟੈਕਸ ਦੇਣ ਦੇ ਬਾਵਜੂਦ ਸਾਡੀਆਂ ਬੱਸਾਂ ਨੂੰ ਪੂਰੇ ਪੰਜਾਬ ਦੇ ਵਿੱਚ ਭਾਵੇਂ ਮਿੰਨੀ ਬੱਸ ਆ ਭਾਵੇਂ ਵੱਡੀ ਬੱਸ ਆ ਉਹਨੂੰ ਪਰਚੀਆਂ ਲਾਈਆਂ ਜਾਂਦੀਆਂ। ਇਹਨਾਂ ਨੂੰ ਖਤਮ ਸਰਕਾਰ ਨੂੰ ਕਰਨਾ ਚਾਹੀਦਾ। ਇਸ ਦੇ ਰੋਸ ਦੇ ਵਜੋਂ ਅਸੀਂ ਭੁੱਖ ਹੜਤਾਲ 'ਤੇ ਬੈਠੇ ਹਾਂ। ਜੇ ਸਰਕਾਰ ਨੇ 5 ਦਿਨਾਂ ਦਾ ਅਸੀਂ ਅਲਟੀਮੇਟਮ ਦਿੱਤਾ ਅੰਮ੍ਰਿਤਸਰ ਦੇ ਪ੍ਰਸ਼ਾਸਨ ਨੂੰ, ਜੇ 5 ਦਿਨਾਂ ਦੇ ਵਿੱਚ ਸਾਡੀ ਸਰਕਾਰ ਨੇ ਕੋਈ ਸੁਣਵਾਈ ਨਾ ਕੀਤੀ, ਪੂਰੇ ਸ਼ਹਿਰ ਦੇ ਵਿੱਚ ਕਾਲੀਆਂ ਝੰਡੀਆਂ ਬਣ ਕੇ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ ਅਤੇ ਪੂਰੇ ਜ਼ਿਲ੍ਹੇ ਦੀ ਹੜਤਾਲ ਕਰਾਂਗੇ। ਉਸ ਤੋਂ ਉਪਰੰਤ 20 ਦਿਨਾਂ ਤੋਂ ਬਾਅਦ ਪੂਰੇ ਪੰਜਾਬ ਨੂੰ ਇੱਥੇ ਸੱਦ ਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇੱਕ ਬੱਸ ਤਿਆਰ ਕੀਤੀ ਜਾਣੀ ਆ। ਉਹਦੇ ਵਿੱਚ ਡਿਪਟੀ ਕਮਿਸ਼ਨਰ ਦੇ ਦਫ਼ਤਰ ਜਾ ਕੇ ਅਸੀਂ ਉਸ ਬੱਸ ਨੂੰ ਲੂਵਾਂਗੇ, ਅੱਗ ਲਾਵਾਂਗੇ। ਸਰਕਾਰ ਤੋਂ ਦੁਖੀ ਹੋ ਕੇ ਕਿ ਸਾਡੇ ਨਾਲ ਧੱਕੇਸ਼ਾਹੀ ਹੋ ਰਹੀ ਆ। ਸਾਡਾ ਇੱਕ ਆਪਰੇਟਰ ਹੈ ਕੁਲਦੀਪ ਸਿੰਘ, ਉਹਨੇ ਸਾਰੇ ਮੀਡੀਆ ਨੂੰ 24 ਤਰੀਕ ਨੂੰ ਦੇ ਦਿੱਤਾ ਕਿ ਇਕੱਲੀ ਬੱਸ ਨੂੰ ਨਹੀਂ ਮੈਂ ਅੱਗ ਲਾਉਣ ਦੂੰਗਾ, ਮੈਂ ਆਪਣੇ ਆਪ ਨੂੰ ਵੀ ਅੱਗ ਲਾਵਾਂਗਾ। ਕਿਹੜੇ ਕਿਹੜੇ ਜ਼ਿਲ੍ਹੇ ਤੋਂ ਜਿਹੜੇ ਇੱਥੇ ਆਏ ਹੋਏ ਨੇ? ਸਾਡੇ ਅੱਜ 24 ਤਰੀਕ ਨੂੰ ਆਏ ਸੀ ਨਕੋਦਰ ਤੋਂ, ਨੰਗਲ ਤੋਂ, ਆਨੰਦਪੁਰ ਸਾਹਿਬ ਤੋਂ, 5-6 ਜ਼ਿਲ੍ਹਿਆਂ ਤੋਂ ਹੋਰ ਵੀ ਆਏ ਸੀ। ਅੱਜ ਜਲੰਧਰ ਤੋਂ ਅਵਤਾਰ ਸਿੰਘ ਗਿੱਲ ਸਾਹਿਬ ਪ੍ਰਧਾਨ ਜਲੰਧਰ ਤੋਂ, ਜਰਨੈਲ ਸਿੰਘ ਜੀ ਜਗਰਾਉਂ ਤੋਂ ਪ੍ਰਧਾਨ, ਭਾਈ ਕਰਤਾਰ ਸਿੰਘ ਜੀ ਪ੍ਰਧਾਨ ਸਾਹਿਬ ਮੋਗੇ ਤੋਂ ਅਤੇ ਹੋਰ ਵੀ ਵੱਖ ਵੱਖ ਜ਼ਿਲ੍ਹਿਆਂ ਤੋਂ ਸਾਡੇ ਨਾਲ ਆਗੂ ਆ ਰਹੇ ਨੇ। ਟਾਂਡੇ ਤੋਂ ਸੁਰਿੰਦਰ ਸਿੰਘ ਗਰਾਇਆ ਸਾਡੇ ਕੋਲ ਕੱਲ੍ਹ ਵੀ ਪਹੁੰਚੇ ਸੀ, ਅੱਜ ਫਿਰ ਉਹ ਆਏ ਨੇ। ਹੋਰ ਵੀ ਕੱਲ੍ਹ ਵੱਖ ਵੱਖ ਜ਼ਿਲ੍ਹਿਆਂ ਤੋਂ ਸਾਡੇ ਸਮਰਥਨ ਕਰਨ ਵਾਸਤੇ ਆ ਰਹੇ, ਕਿਉਂਕਿ ਇਹ ਮਸਲਾ ਅੰਮ੍ਰਿਤਸਰ ਜ਼ਿਲ੍ਹੇ ਦਾ ਨਹੀਂ, ਇਹ ਪੂਰੇ ਪੰਜਾਬ ਦਾ ਮਸਲਾ। ਕਿੰਨੀ ਦੇਰ ਤੱਕ ਇਹ ਜਿਹੜਾ ਤੁਹਾਡਾ ਅਨਸ਼ਨ ਚੱਲਦਾ ਰਹੇਗਾ, ਇੱਥੇ ਭੁੱਖ ਹੜਤਾਲ ਚੱਲਦੀ ਰਹੇਗੀ? ਭੁੱਖ ਹੜਤਾਲ 'ਤੇ ਅਸੀਂ 5 ਦਿਨਾਂ ਦਾ ਅਲਟੀਮੇਟਮ ਪੰਜਾਬ ਦੇ ਆਪਣੇ ਸਰਕਾਰ ਨੂੰ ਦਿੱਤਾ ਆ। ਜੇ 5 ਦਿਨਾਂ ਤੱਕ ਸਾਡੀ ਕੋਈ ਸੁਣਵਾਈ ਨਾ ਕੀਤੀ, ਪੰਜਾਬ ਦੀ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਦਾ ਕੋਈ ਅਧਿਕਾਰੀ ਨਾ ਪਹੁੰਚਾ ਜਾਂ ਕੋਈ ਰਾਜਨੀਤਿਕ ਨਾ ਸਰਕਾਰ ਦੇ ਵਿੱਚੋਂ ਪਹੁੰਚਾ, ਅਤੇ ਉਸ ਤੋਂ ਬਾਅਦ ਅਗਲਾ ਜਿਹੜਾ ਪ੍ਰੋਗਰਾਮ ਹੈ ਉਹ 5 ਤੋਂ 6 ਦਿਨ ਹੀ ਲੀਕਾਂਗੇ। ਹਾਂਜੀ ਸਰ, ਕੀ ਨਾਮ ਹੈ ਤੁਹਾਡਾ ਜੀ? ਮੇਰਾ ਨਾਮ ਸ਼ੇਰ ਸਿੰਘ ਹੈ ਜੀ, ਮੈਂ ਚੇਅਰਮੈਨ ਮਿੰਨੀ ਬੱਸ ਆਪਰੇਟਰ ਯੂਨੀਅਨ ਅੰਮ੍ਰਿਤਸਰ ਤੋਂ। ਕੀ ਮੰਗਾਂ ਹੈਗੀਆਂ ਆਪਣੀਆਂ ਪੰਜਾਬ ਸਰਕਾਰ ਤੋਂ? ਸਾਡੀ ਮੇਨ ਮੰਗ ਇਹੋ ਹੀ ਹੈ ਜੀ ਕਿ ਸਾਡੇ ਜਿਹੜੇ ਮਿੰਨੀ ਬੱਸਾਂ ਦੇ ਰੂਟ ਪਰਮਿਟ ਨੇ ਇਹ ਸਰਕਾਰ ਨੇ ਬਿਲਕੁਲ ਖਤਮ ਕਰਤੇ ਆ, ਇਹ ਰੀਨਿਊ ਨਹੀਂ ਕਰਨ ਲਈ। ਦੂਜੇ ਮੰਗ ਇਹ ਹੈਗੇ ਇਹ ਸਰ ਸਲਾਨਾ ਸਾਡਾ ਟੈਕਸ ਵਧਾਉਂਦੀ ਆ। ਅਜਿਹੀ ਕੀ ਵਜ੍ਹਾ ਹੈ ਕਿ ਇਹ ਰੀਨਿਊ ਕਿਉਂ ਨਹੀਂ ਕਰ ਰਹੇ? ਉਹ ਕਹਿੰਦੇ ਜੀ ਤੁਹਾਡੇ ਪਰਮਿਟ ਜਿਹੜੇ ਸਾਡੀ ਪਾਲਿਸੀ ਦੇ ਵਿੱਚ ਹੈ ਹੀ ਨਹੀਂ ਆ, ਸਾਡੇ ਕੋਲ ਕੋਈ ਸਕੀਮ ਨਹੀਂ ਹੈਗੀ ਜਿਹਦੇ ਵਿੱਚ ਮਿੰਨੀ ਬੱਸ ਚੱਲਦੀ ਹੋਵੇਗੀ, ਮਿੰਨੀ ਬੱਸ ਸਾਡੇ ਕੋਲ ਹੈ ਹੀ ਨਹੀਂ ਆ। ਪਹਿਲਾਂ ਵੀ ਤਾਂ ਮਿੰਨੀ ਬੱਸਾਂ ਚੱਲਦੀਆਂ ਰਹੀਆਂ ਸੀ ਨਾ, ਅਜਿਹੀ ਕੀ ਸਰਕਾਰ ਨੂੰ ਹੋ ਗਈ ਕਿ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਮਿੰਨੀ ਬੱਸਾਂ ਦੇ ਪਰਮਿਟ ਹੁਣ ਨਹੀਂ ਰੀਨਿਊ ਹੋ ਸਕਦੇ? ਮਿੰਨੀ ਬੱਸਾਂ ਨੇ ਜਦੋਂ ਉੱਥੇ ਇੱਕ ਕੇਸ ਹਾਈ ਕੋਰਟ 'ਚ ਪਾਇਆ ਕਿਸੇ ਨੇ, ਉਹਨੇ ਕਿਹਾ ਜੀ ਮਿੰਨੀ ਬੱਸਾਂ ਹੈ ਹੀ ਨਹੀਂ ਆ, ਸਰਕਾਰ ਨੇ ਕੋਈ ਸੁਣਵਾਈ ਨਹੀਂ ਕੀਤੀ, ਕੁਛ ਲੈਣਾ ਨਹੀਂ, ਕੁਛ ਲੈਣਾ ਨਹੀਂ, ਉਹਨਾਂ ਨੇ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ, ਉਹਨਾਂ ਨੇ ਮਤਲਬ ਕਿ ਸਿੱਧਾ ਹੀ ਕਿਸ ਕਿਹਾ ਤਾਂ ਕਿ ਸਕੀਮ ਦੇ ਵਿੱਚ ਮਿੰਨੀ ਬੱਸ ਹੈ ਹੀ ਨਹੀਂ ਆ, ਅਤੇ ਮਿੰਨੀ ਬੱਸ ਨੂੰ ਆਟੋਮੈਟਿਕ ਸਾਰੇ ਪਰਮਿਟ ਉਹਨਾਂ ਨੇ ਰਿਜੈਕਟ ਕਰਤੇ ਹਾਈ ਕੋਰਟ ਨੇ ਵੀ। ਹੁਣ ਕੀ ਮੰਗਾਂ ਹੈਗੀਆਂ ਸਰਕਾਰ? ਇਹੋ ਮੰਗ ਹੈ ਕਿ ਸਾਡੇ ਜਿਹੜੇ ਪਰਮਿਟ ਆ ਇਹਨਾਂ ਨੂੰ ਦੁਬਾਰਾ ਰੀਨਿਊ ਕੀਤਾ ਜਾਵੇ, ਜਿਹੜੇ ਰੀਨਿਊ ਨਹੀਂ ਹੋਣ ਡੇ ਅਤੇ ਸਾਡੇ ਜਿਹੜੇ ਟੈਕਸ ਵਧਾਏ ਆ, ਟੈਕਸ ਜਿਹੜੇ ਹਰ ਸਾਲ 10% ਵੱਧਦੇ ਆ, ਇਹਨਾਂ ਨੂੰ ਰੋਕਿਆ ਜਾਵੇ, ਜਿੰਨਾ ਸਾਡੇ ਕੋਲ ਪਹਿਲਾਂ ਟੈਕਸ ਵਸੂਲਦੇ ਸੀ ਉਹਨਾਂ ਸਾਡੇ ਕੋਲ ਟੈਕਸ ਵਸੂਲਿਆ ਜਾਵੇ। ਸੋ ਇਹ ਸਨ ਮਿੰਨੀ ਬੱਸਾਂ ਦੇ ਜਿਹੜੇ ਪ੍ਰਧਾਨ ਜਿਨ੍ਹਾਂ ਨੇ ਸਾਡੇ ਨਾਲ ਗੱਲ ਕੀਤੀ, ਅਤੇ ਉਹਨਾਂ ਨੇ ਇਹੀ ਕਿਹਾ ਸੀ ਕਿ ਪੰਜਾਬ ਸਰਕਾਰ ਕੋਲੋਂ ਇਹੀ ਮੰਗ ਕਰਦੇ ਨੇ ਕਿ ਜਿਹੜੇ ਮਿੰਨੀ ਬੱਸਾਂ ਦੇ ਜਿਹੜੇ ਪਰਮਿਟ ਨੇ ਉਹ ਸਾਡੇ ਜਿਹੜੇ ਮਿੰਨੀ ਬੱਸਾਂ ਦੇ ਪਰਮਿਟ ਸਾਨੂੰ ਦਿੱਤੇ ਜਾਣ, ਅਤੇ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਪਿਛਲੇ ਲੰਬੇ ਸਮੇਂ ਤੋਂ ਮਿੰਨੀ ਬੱਸਾਂ ਚੱਲਦੀਆਂ ਆ ਰਹੀਆਂ ਨੇ, ਉਸੇ ਤਰੀਕੇ ਦੇ ਨਾਲ ਹੀ ਮਿੰਨੀ ਬੱਸਾਂ ਜਿਹੜੀਆਂ ਆਰਾਮ ਦੇ ਨਾਲ ਚੱਲਦੀਆਂ ਜਾਣ। ਅਗਰ ਸਾਡੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਗਈਆਂ ਤਾਂ ਲਗਾਤਾਰ ਜਿਹੜਾ ਧਰਨਾ ਇਹਨਾਂ ਵੱਲੋਂ ਜਾਰੀ ਰਹੇਗਾ।
और भुख हड़ताल इस तरह इन्होंने वालों चलती रहेगी। कैमरामैन सुन सुट के विशाल शर्मा लाइव अमृतसर।